ਸੋਨ ਲਾਲ ਗਰਗ, ਬਾਬਾ ਅਮਰਨਾਥ ਲੰਗਰ ਕਮੇਟੀ ਤੋਂ ਬੋਲ ਰਿਹਾ। ਜਿਸ ਦਿਨ ਮੋਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਆਉਣਾ ਸੀ, ਇਲੈਕਸ਼ਨ ਹੋਣੇ ਸੀ, ਸਾਡੇ ਹਿੰਦੂ ਸਾਨੂੰ ਇਹ ਉਮੀਦ ਸੀ ਕਿ ਮੋਦੀ ਸਾਹਿਬ ਸਾਡੇ ਹਿੰਦੂਆਂ ਦੇ ਨੇਤਾ ਆ ਰਹੇ ਆ, ਹਿੰਦੂਆਂ ਦੀ ਪੂਰੀ ਰੱਖਿਆ ਕਰਨਗੇ, ਹਿੰਦੂਆਂ ਦੇ ਹਿੰਦੁਸਤਾਨ 'ਚ ਪਾਕਿਸਤਾਨ ਦਾ ਜਿਹੜਾ ਰੋੜਾ ਖਤਮ ਕਰਨਗੇ। ਲੇਕਿਨ ਜਿਸ ਦਿਨ ਦਾ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਹੋਏ ਆ, ਉਸ ਦਿਨ ਦਾ ਰੱਖਿਆ ਕਰਨੀ ਤਾਂ ਬੜੀ ਦੂਰ ਹੈ। ਹਿੰਦੂਆਂ ਦਾ ਬੇੜਾ ਗਰਕ ਆ ਰਿਹਾ, ਪਾਕਿਸਤਾਨਾਂ ਨਾਲ ਦੋਸਤੀਆਂ ਨਿਭਾ ਰਿਹਾ। ਜਦੋਂ ਸਾਡਾ ਬਾਬਾ ਅਮਰਨਾਥ ਦਾ ਲੰਗਰ ਦਾ ਡਾ ਉਹਦੇ ਦਰਸ਼ਨ ਯਾਤਰਾ ਦਾ ਪ੍ਰੋਗਰਾਮ ਹੁੰਦਾ ਹਰ ਸਾਲ, ਇਹ ਸਾਡੇ ਲੰਗਰ ਉਹਦੇ ਅਮਰਨਾਥ ਯਾਤਰਾ ਦੇ ਵਿੱਚ ਵਿਘਨ ਪਾਉਂਦੇ ਆ, ਲੋਕ ਮਾਰਦੇ ਆ, ਬੱਸਾਂ ਦੇ ਰੋੜੇ ਮਾਰਦੇ ਆ, ਜਿਹੜਾ ਸਾਡਾ ਇੱਕੋ ਇੱਕ ਤਿਉਹਾਰ ਹੈ ਤਾਂ ਬੇੜਾ ਗਰਕ ਕਰ ਦਿੰਦੇ ਆ। ਅਸੀਂ ਇਹਨਾਂ ਤੋਂ ਇਹ ਮੰਗ ਕਰਦੇ ਹਾਂ ਕਿ ਉੱਥੇ ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਨੂੰ ਸਸਪੈਂਡ ਕੀਤਾ ਜਾਵੇ, ਗਵਰਨਰ ਦੀ ਰਾਜ ਕੀਤਾ ਜਾਵੇ ਅਤੇ ਫੌਜ ਹਵਾਲੇ ਕੀਤਾ ਜਾਵੇ, ਸਾਡੇ ਹਿੰਦੂ ਯਾਤਰੀਆਂ ਦੀ ਸੁਰੱਖਿਆ ਕੀਤੀ ਜਾਵੇ, ਕਿਸੇ ਨੂੰ ਕੋਈ ਨੁਕਸਾਨ ਨਾ। ਬਹੁਤ ਸ਼ਰਮਨਾਕ ਦੁਰਘਟਨਾ ਹੋਈ ਹੈ ਜਿਹਦੇ ਵਿੱਚ ਸਾਡੇ 12 ਯਾਤਰੀ ਮਾਰੇ ਗਏ ਆ, ਕੁਛ ਇੰਜਰਡ ਹੈ ਔਰ ਕੁਛ ਮਰ ਗਏ ਆ। ਉਹਦੇ ਵਿੱਚ 5 ਲੇਡੀਜ਼ ਆ, 2 ਜੈਂਟਸ ਆ। ਇਹ ਹਿੰਦੂਆਂ ਦੀ ਬਹੁਤ ਪਵਿੱਤਰ ਯਾਤਰਾ ਆ। ਇਸ ਯਾਤਰਾ ਨੂੰ ਸੰਚਾਰਕ ਰੂਪ ਨਾਲ ਪੂਰੀ ਸਿਕਿਉਰਿਟੀ ਦਿੱਤੀ ਜਾਵੇ। ਉਹ ਮੋਦੀ ਸਰਕਾਰ ਨੂੰ ਇਹ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਦੂਜੇ ਦੇਸ਼ਾਂ ਦੇ ਵੱਲ ਧਿਆਨ ਛੱਡ ਕੇ ਆਪਣੇ ਦੇਸ਼ ਵੱਲ ਵੀ ਧਿਆਨ ਕਰਨ। ਹਿੰਦੂਆਂ ਦੀ ਯਾਤਰਾ ਕਿਹੜੀ ਹੈ, ਪਵਿੱਤਰ ਯਾਤਰਾ, ਇਹ ਸੰਚਾਰਕ ਰੂਪ ਨਾਲ ਚੱਲਣੀ ਚਾਹੀਦੀ ਹੈ। ਅਸੀਂ ਲੁਧਿਆਣੇ ਤੋਂ ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ ਪ੍ਰਧਾਨ ਸ਼ਮੀ ਅਮਰਨਾਥ ਚੌਹਾਨ ਮੇਰੇ ਨਾਲ ਖੜ੍ਹੇ ਨੇ। ਅਸੀਂ ਇਹ ਪ੍ਰਦਰਸ਼ਨ ਤਾਂ ਕੀਤਾ ਜੀ ਕਿ ਜਿੱਦਾਂ ਹਮਲਾ ਹੋਇਆ, ਅੱਗੇ ਤੋਂ ਹਮਲਾ ਨਾ ਹੋਵੇ, ਪੂਰੀ ਸਿਕਿਉਰਿਟੀ ਦਿੱਤੀ ਜਾਵੇ ਔਰ ਯਾਤਰਾ ਦਾ ਜਿੰਨਾ ਟਾਈਮ ਆ ਉਨਾ ਟਾਈਮ ਯਾਤਰਾ ਚੱਲਣੀ ਚਾਹੀਦੀ ਹੈ ਜੀ।